ਇਹ ਕਦੋਂ ਪਤਾ ਲੱਗਾ ਤੁਹਾਨੂੰ ਜੀ? ਇਹ 4:30 ਵਜੇ ਪਤਾ ਲੱਗਾ ਜੀ। ਤੇ ਕਦੋਂ ਆਏ ਸੀ ਖੇਤਾਂ 'ਚ? ਇੱਥੇ ਸੌਂਦੇ ਹੁੰਦੇ ਸੀ? ਇੱਥੇ ਹੀ ਸੌਂਦੇ ਸੀਗੇ ਜੀ। ਤੇ ਤੁਹਾਨੂੰ ਕਿਹਨੇ ਦੱਸਿਆ ਜੀ? ਆ ਮੁੰਡੇ ਨੇ ਜੀ ਦੱਸਿਆ। ਤੇ ਕੀ ਲੱਗਦਾ ਆ ਕਦੇ ਨਾ ਬੜੇ? ਇਹ ਆ ਜ਼ਮੀਨ ਹੈ ਜੀ ਇਹਨਾਂ ਦੀ। ਅੱਛਾ ਜੀ, ਹਾਂਜੀ। ਕੀ ਲੱਗਦਾ ਵਾ ਕਦੇ ਨਾ ਮਟਰ ਪਿਆ ਹੈ? ਹਾਂਜੀ, ਕਿਹਦੇ ਕਿਸ ਚੀਜ਼ ਨਾਲ ਲੱਗਦਾ ਤੁਹਾਨੂੰ? ਸਾਡੀ ਤਾਂ ਕਿਸੇ ਨਾਲ ਲੜ ਡਾਟ ਵੀ ਹੈ ਨਹੀਂ ਜੀ। ਅੱਛਾ ਜੀ, ਹਾਂਜੀ। ਤੇ ਕੀ ਕਾਰਨ ਮੰਨਦੇ ਹੋ? ਕਿਸ ਤੇ ਸ਼ੱਕ? ਕੀ ਕਹਿ ਸਕਦੇ, ਕਿਸੇ ਤੇ ਕੋਈ ਸ਼ੱਕ ਨਹੀਂ ਜੀ। ਕਿੰਨੀ ਉਮਰ ਸੀ? ਉਮਰ 87 ਸਾਲ ਦਾ ਜੀ। ਇਹ ਰੋਜ਼ ਹੀ ਇੱਥੇ ਸੌਂਦੇ ਸੀ? ਹਾਂਜੀ ਹਾਂਜੀ। ਕੋਈ ਚੀਜ਼ ਗਈ ਹੈ ਮੱਝਾਂ ਵਗੈਰਾ? ਨਹੀਂ, ਮੱਝਾਂ ਖੁੱਲੀਆਂ ਸੀਆਂ ਜੀ। ਅੱਛਾ ਜੀ। ਕਣੇ ਰੱਸੇ ਜੀ ਪਿੰਡੋਂ ਫੜ ਕੇ ਲਿਆਂਦੀਆਂ ਜੀ। ਇਹ ਮੱਝਾਂ ਤੁਹਾਡੀਆਂ ਸੀ? ਹਾਂਜੀ, ਆਪਣੀਆਂ ਜੀ। ਇੱਕ ਵੱਜੀਆਂ ਸੀ, ਦੋ ਖੁੱਲੀਆਂ ਸੀ। ਕੀ ਲੱਗਦਾ ਆ, ਚੋਰੀ ਚੋਰੀ ਦੇ ਮਕਸਦ ਨਾਲ ਹੋਇਆ ਜਾਂ ਕੀ ਲੱਗਦਾ ਤੁਹਾਨੂੰ ਸਟਾਰਟਿੰਗ? ਹਾਂਜੀ, ਆ ਮੱਝਾਂ ਖੁੱਲੀਆਂ, ਚੋਰੀ ਦਾ ਮਕਸਦ ਹੀ ਬਣਦਾ। ਟੂਟੋ ਮਜ਼ਾਰਾ ਪਿੰਡ ਮੈਂ ਸਾਨੂੰ ਸੁਬਹ ਇਨਫੋਰਮੇਸ਼ਨ ਮਿਲੀ ਕਿ ਇੱਕ ਹਰਭਜਨ ਸਿੰਘ ਨਾਮ ਕੇ ਬੰਦੇ ਕੀ ਡੈਡ ਬੋਡੀ ਮਿਲੀ ਹੈ। ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕੀ ਹੈ, ਅਕੋਰਡਿੰਗਲੀ ਕੇਸ ਰਜਿਸਟਰ ਕੀਤਾ ਜਾ ਰਿਹਾ। ਸਰ, ਜਿਸ ਤਰ੍ਹਾਂ ਮੱਝਾਂ ਵਗੈਰਾ ਬੈਫਲੋਜ਼ ਖੁੱਲੀਆਂ ਸੀਗੀਆਂ, ਉਹ ਉਹਦੇ ਤੋਂ ਲੱਗਦਾ ਕੋਈ ਮੱਝ ਚੋਰ ਗਰੋਹ ਵੀ ਹੋ ਸਕਦਾ? ਨਹੀਂ, ਮੱਝ ਚੋਰ ਵਾਲੀ ਗੱਲ ਮੈਂ ਅਬ ਤੱਕ ਤੋਂ ਵੈਰੀਫਾਈ ਨਹੀਂ ਹੋਈ ਹੈ। ਇਨਵੈਸਟੀਗੇਸ਼ਨ ਜਦ ਚਲੇਗੀ ਤਬ ਸਾਨੂੰ ਪਤਾ ਲੱਗੇਗਾ ਕੀ ਹੈ, ਅਸੀਂ ਅਕੋਰਡਿੰਗ ਇਨਫੋਰਮ ਕਰ ਦਾਂਗੇ ਤੁਹਾਨੂੰ। ਕੇਸ ਰਜਿਸਟਰ ਕਰ ਰਹੇ ਨੇ? ਕੇਸ ਰਜਿਸਟਰ ਕੀਤਾ ਜਾ ਰਿਹਾ। ਕੁਝ ਪਤਾ ਲੱਗਾ ਕਿਸ ਹਥਿਆਰ ਵਗੈਰਾ ਸੀ? ਨਹੀਂ, ਹਜੇ ਬਲੰਟ ਵੈਪਨ ਲੱਗ ਰਿਹਾ ਹੈ, ਬਟ ਬਾਕੀ ਪੋਸਟਮਾਰਟਮ ਦੇ ਨਾਲ ਸਾਨੂੰ ਔਰ ਕਲੈਰਿਟੀ ਆਏਗੀ ਕਿਆ ਹੈ ਕਿਆ ਨਹੀਂ ਤਾਂ।